ਬਾਦਲ ਪਰਿਵਾਰ ਦਾ ਸਿਆਸਤ ਨਾਲ ਪੁਰਾਣਾ ਨਾਤਾ ਹੈ। ਇਹ ਨਾਤਾ ਸੁਖਬੀਰ ਬਾਦਲ ਦੇ ਬੇਟੇ ਨੇ ਵੀ ਸਿਆਸਤ ਨਾਲ ਜੋੜ ਲਿਆ। ਸੁਖਬੀਰ ਬਾਦਲ ਦੇ ਬੇਟੇ ਆਨੰਦਵੀਰ ਸਿੰਘ ਬਾਦਲ ਵੱਲੋਂ ਗਿੱਦੜਬਾਹਾ 'ਚ ਗੁਲਜ਼ਾਰ ਸਿੰਘ ਰਣੀਕੇ ਦੇ ਦਫ਼ਤਰ ਦਾ ਉਦਘਾਟਨ ਕਰਨ ਤੋਂ ਬਾਅਦ ਆਪਣੇ ਕਦਮ ਸਿਆਸਤ ਵਿੱਚ ਰੱਖ ਦਿੱਤੇ ਨੇ। ਦਰਅਸਲ ਫਰੀਦਕੋਟ ਤੋਂ ਲੋਕ ਸਭਾ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦੇ ਪ੍ਰਚਾਰ ਨੂੰ ਅੱਗੇ ਤੋਰਦਿਆਂ ਦਫ਼ਤਰ ਦੇ ਉਦਘਾਟਨ ਦਾ ਸਮਾਰੋਹ ਰੱਖਿਆ ਗਿਆ ਸੀ, ਜਿਸ ਵਿੱਚ ਆਨੰਦਵੀਰ ਬਾਦਲ ਵੀ ਖਾਸ ਤੌਰ 'ਤੇ ਪਹੁੰਚੇ ਸਨ। ਉਹਨਾਂ ਨੇ ਅਰਦਾਸ ਤੋਂ ਬਾਅਦ ਰੀਬਨ ਕੱਟ ਕੇ ਦਫ਼ਤਰ ਦਾ ਰਸਮੀ ਉਦਘਾਟਨ ਕੀਤਾ ਅਤੇ ਆਨੰਦਵੀਰ ਸਿੰਘ ਦੇ ਰੀਬਨ ਕੱਟਣ ਦੇ ਮੌਕੇ ਅਕਾਲੀ ਵਰਕਰਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਨਜ਼ਰ ਆਇਆ। ਅੱਜ ਮੇਰੇ ਲਈ ਬਹੁਤ ਖੁਸ਼ੀਆਂ ਭਰਿਆ ਦਿਨ ਹੈ ਕਿ ਪੰਜਾਬ ਦੀ ਉਸ ਹਸਤੀ ਦਾ ਵਾਰਸ ਸਾਡੇ ਘਰ ਆਇਆ ਔਰ ਸਭ ਤੋਂ ਜਿਹੜੇ ਮੇਰੇ ਪਰਿਵਾਰ ਲਈ ਸਾਡੇ ਲਈ ਬਹੁਤ ਵੱਡੀ ਖੁਸ਼ੀ ਹੈ ਇਸ ਗੱਲ ਦੀ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਪਹਿਲਾਂ ਜਦੋਂ ਇਲੈਕਸ਼ਨ ਗਿੱਦੜਬਾਹਾ ਲੜਨ ਲੱਗੇ ਤਾਂ ਉਹ ਇਸ ਘਰ ਤੋਂ ਉਹਨਾਂ ਨੇ ਇਲੈਕਸ਼ਨ ਸਟਾਰਟ ਕੀਤਾ। ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਸਿਆਸਤ ਦੇ ਵਿੱਚ ਆਏ ਉਹਨਾਂ ਨੇ ਵੀ ਇਸ ਘਰ ਤੋਂ ਆਪਣੀ ਸਿਆਸਤ ਸਟਾਰਟ ਕੀਤੀ। ਇੱਥੇ ਆਏ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਸਪੁੱਤਰ, ਉਹਨਾਂ ਨੇ ਵੀ ਅੱਜ ਇਸ ਘਰ ਤੋਂ ਆ ਕੇ ਦਫ਼ਤਰ ਦਾ ਉਦਘਾਟਨ ਕਰਕੇ ਇੱਥੋਂ ਸਿਆਸਤ ਸ਼ੁਰੂ ਕੀਤੀ। ਸਾਡੇ ਲਈ, ਸਾਡੇ ਪਰਿਵਾਰ ਲਈ, ਮੇਰੇ ਸ਼ਹਿਰ ਗਿੱਦੜਬਾਹਾ ਲਈ ਬੜੀ ਵੱਡੀ ਮਾਣ ਵਾਲੀ ਗੱਲ ਹੈ ਕਿ ਬਾਦਲ ਪਰਿਵਾਰ ਦਾ ਕੋਈ ਵੀ ਜੀ ਜੋ ਸਿਆਸਤ ਦੇ ਵਿੱਚ ਆਉਂਦਾ ਉਹ ਗਿੱਦੜਬਾਹਾ ਦੀ ਪਾਵਨ ਧਰਤੀ ਤੋਂ ਸਟਾਰਟ ਕਰਦਾ ਹੈ। ਚਾਹੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਨ, ਸਰਦਾਰ ਸੁਖਬੀਰ ਸਿੰਘ ਬਾਦਲ ਸਨ, ਚਾਹੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਨ ਅਤੇ ਚਾਹੇ ਹੁਣ ਅਨੰਤਵੀਰ ਸਿੰਘ ਜੀ ਬਾਦਲ ਸਨ। ਇਸ ਮੌਕੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਵੀ ਖੁਸ਼ੀ ਜ਼ਾਹਿਰ ਕੀਤੀ। ਉਹਨਾਂ ਦਾ ਕਹਿਣਾ ਸੀ ਕਿ ਤੁਸੀਂ ਮੰਨ ਸਕਦੇ ਹੋ ਕਿ ਅਨੰਤਵੀਰ ਸਿੰਘ ਬਾਦਲ ਨੇ ਵੀ ਇੱਥੋਂ ਆਪਣੀ ਸਿਆਸਤ ਦੀ ਸ਼ੁਰੂਆਤ ਕੀਤੀ ਹੈ। ਇਹ ਬੱਚਾ ਕਾਫੀ ਦਿਨ ਤੋਂ ਇੱਥੇ ਬਾਦਲ ਮਤਲਬ ਕਿ ਆਏ ਹੋਏ ਸੀ ਅਤੇ ਅਸੀਂ ਮੈਂ ਬੀਬਾ ਜੀ ਹਰਸਿਮਰਤ ਬਾਦਲ ਨੂੰ ਅਤੇ ਕਾਕਾ ਜੀ, ਅਸੀਂ ਤਾਂ ਉਹਨਾਂ ਨੂੰ ਕਾਕਾ ਜੀ ਕਹਿੰਦੇ ਹਾਂ, ਹੈ ਤਾਂ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਅਤੇ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸਾਨੂੰ ਇਹ ਮਤਲਬ ਕਿ ਬੱਚਾ ਬੜਾ ਲਾਇਕ, ਬੜਾ ਲੱਕੀ ਲੱਗਿਆ ਵੀ ਸਾਨੂੰ ਜੀ ਉਦਘਾਟਨ ਕਰਨ ਵਾਸਤੇ ਸਿਰਫ ਇਹਨੂੰ 10 ਮਿੰਟ ਸਾਡੇ ਕੋਲ ਭੇਜ ਦਿਓ। ਅਤੇ ਪਿਆਰ ਉਹਨਾਂ ਦਾ ਇੰਨਾ ਵੀ ਜੋ ਵੀ ਅੱਜ ਤੱਕ ਅਸੀਂ ਉਹਨਾਂ ਤੋਂ ਕੋਈ ਵੀ ਕਦੇ ਸਵਾਲ ਪਾਇਆ, ਕੋਈ ਵੀ ਕਦੇ ਗੁਜ਼ਾਰਿਸ਼ ਕੀਤੀ ਆ, ਕਦੇ ਸਾਨੂੰ ਮਨਾ ਨਹੀਂ ਕਰਦੇ, ਇੰਨਾ ਮਾਣ ਆ। ਉਹ ਕਹਿੰਦੇ ਯਾਰ ਤੁਹਾਡਾ ਬੱਚਾ ਤੁਸੀਂ ਲੈ ਜਾਓ। ਬਾਦਲ ਪਰਿਵਾਰ ਦੀ ਰਾਜਨੀਤੀ ਕਿੱਧਰੋਂ ਤੋਂ ਸ਼ੁਰੂ ਹੋਈ ਹੈ, ਕੀ ਮੰਨ ਲਿਆ ਜਾਵੇ ਵੀ ਇੱਥੋਂ ਵੀ ਸ਼ੁਰੂਆਤ ਹੋਊਗੀ? ਇਹ ਹੁਣ ਤੁਹਾਡੇ ਤੇ ਮੰਨ ਲਓ ਜੀ, ਬਾਦਲ ਸਾਹਿਬ ਤੋਂ ਲੈ ਕੇ ਨਾਲ ਆ। ਪਹਿਲਾਂ ਬਾਦਲ ਸਾਹਿਬ ਦੀ ਪੂਰੀ ਸੇਵਾ ਕੀਤੀ, ਫਿਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੇ ਪਿੱਛੇ ਲੱਗੇ ਹੋਏ ਹਾਂ ਤੇ ਅੱਜ ਅਸੀਂ ਤੀਜਾ ਨੀਂਹ ਪੱਥਰ ਵੀ ਰੱਖਤਾ, ਹੁਣ ਤੀਜੀ ਪੀੜ੍ਹੀ ਚੱਲ ਪਈ ਹੈ ਬਾਦਲ ਸਾਹਿਬ। ਕਾਫੀ ਸਮੇਂ ਤੋਂ ਵਰਕਰਾਂ ਨੂੰ ਉਮੀਦ ਸੀ ਕਿ ਅਨੰਤਵੀਰ ਸਿੰਘ ਬਾਦਲ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕਦੋਂ ਕਰਨਗੇ। ਇਸ ਦੇ ਨਾਲ ਹੀ ਅਕਾਲੀ ਵਰਕਰਾਂ ਵਿੱਚ ਹੁਣ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ। ਨਾਲ ਹੀ ਕਿਹਾ ਜਾ ਰਿਹਾ ਹੈ ਜਿਸ ਘਰ ਤੋਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ, ਉਸੇ ਘਰ ਤੋਂ ਅਨੰਤਵੀਰ ਸਿੰਘ ਬਾਦਲ ਦੀ ਵੀ ਸਿਆਸੀ ਸਫ਼ਰ ਦੀ ਸ਼ੁਰੂਆਤ ਹੋਈ ਹੈ। ਗਿੱਦੜਬਾਹਾ ਤੋਂ ਸੋਨੀ ਡੱਲਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ।
ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563।